ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ 29 ਅਕਸਰ ਤੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾਈਆਂ ਗਈਆਂ ਸਨ, ਜਿਸ ਦੇ ਤਹਿਤ ਨਾਭਾ ਦੇ ਸਰਕਾਰੀ ਰਿਪੂਦਮਨ ਕਾਲਜ ਸਟੇਡੀਅਮ ਵਿੱਚ ਵੀ ਵੱਖ ਵੱਖ ਖੇਡਾਂ ਕਰਵਾਉਣ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਪਟਿਆਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਵਾਲਾ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਵੱਲੋਂ ਆਪਣੇ ਅਖਤਿਆਰੀ ਕੋਟੇ ਵਿੱਚੋਂ 20 ਲੱਖ ਰੁਪਏ ਸਰਕਾਰੀ ਗਰਾਊਂਡ ਦੀ ਸਾਂਭ ਸੰਭਾਲ ਲਈ ਦੇਣ ਦਾ ਐਲਾਨ ਕੀਤਾ। ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਪੰਜਾਬ ਦੀਆਂ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਹ ਖੇਡਾਂ 1 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਨਾਭਾ ਵਿੱਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਬਹੁਤ ਹੀ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਸੀਜ਼ਨ ਮੰਤਰੀ ਦੋ ਤੇ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਰਹਿਤ ਹੋ ਕੇ ਖੇਡਾਂ ਦੇ ਵੱਲ ਜੁੜ ਸਕੇ। ਉਹਨਾਂ ਕਿਹਾ ਕਿ ਜੋ ਸਰਕਾਰੀ ਗਰਾਊਂਡ ਹੈ ਉਸ ਦੀ ਹਾਲਤ ਬਹੁਤ ਹੀ ਖਸਤਾ ਹੈ, ਇਸ ਲਈ ਮੈਂ ਆਪਣੇ ਅਖਤਿਆਰੀ ਕੋਟੇ ਵਿੱਚੋਂ 20 ਲੱਖ ਰੁਪਏ ਸਰਕਾਰੀ ਗਰਾਊਂਡ ਦੀ ਸਾਂਭ ਸੰਭਾਲ ਲਈ ਐਲਾਨ ਕਰਦਾ ਹਾਂ। ਦੇਖੋ ਜੀ, ਅੱਜ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਲੈ ਕੇ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦਾ ਜਿਹੜਾ ਅੰਗਾਜ ਬਠਿੰਡਾ ਤੋਂ ਕੀਤਾ ਗਿਆ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ, ਅਤੇ ਅੱਜ ਨਾਭੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਬਲਾਕ ਪੱਧਰ ਦੀਆਂ ਖੇਡਾਂ ਸ਼ੁਰੂ ਹੋਈਆਂ ਨੇ ਅਤੇ 20 ਅਕਤੂਬਰ ਤੱਕ ਇਹ ਚੱਲਣੀਆਂ ਨੇ। ਬਲਾਕ ਪੱਧਰੀ, ਫਿਰ ਜ਼ਿਲ੍ਹਾ ਪੱਧਰੀ ਮੁਕਾਬਲੇ, ਫਿਰ ਪੰਜਾਬ ਪੱਧਰੀ ਮੁਕਾਬਲੇ ਹੋਣਗੇ ਅਤੇ ਨਾਭੇ ਬਲਾਕ ਦੇ ਵਿੱਚ ਤਕਰੀਬਨ 2500 ਦੇ ਕਰੀਬ ਜਿਹੜੇ ਖਿਡਾਰੀ ਭਾਗ ਲੈ ਰਹੇ ਨੇ। ਵੱਖ ਵੱਖ ਖੇਡਾਂ ਜਿਵੇਂ ਕਬੱਡੀ, ਵਾਲੀਬਾਲ, ਖੋ ਖੋ, ਰੱਸਾਕਸੀ ਅਤੇ ਹੋਰ ਆਪਣੇ ਦੌੜਾਂ ਦੇ ਮੁਕਾਬਲੇ ਹੋਣਗੇ, ਹੋਰ ਬਹੁਤ ਸਾਰੀਆਂ ਖੇਡਾਂ ਨੇ। ਕਿਉਂਕਿ ਮਾਣਯੋਗ ਮੁੱਖ ਮੰਤਰੀ ਦਾ ਸੁਪਨਾ ਕਿ ਪੰਜਾਬ ਦੇ ਨੌਜਵਾਨ ਮੁੜ ਤੋਂ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਏ, ਪੰਜਾਬ ਦੇ ਨੌਜਵਾਨ ਮੁੜ ਤੋਂ ਖੇਡਾਂ ਵੱਲ ਲੱਗਣ, ਉਹ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਗੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਅਤੇ ਖੇਡ ਮੰਤਰੀ ਜਿਹੜੇ ਸਾਡੇ ਅਮੀਤ ਖਹਿਰ ਜੀ ਨੇ ਲੱਗੇ ਹੋਏ ਨੇ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਉਹਨੂੰ ਖੇਡਾਂ ਵੱਲ ਵੱਧ ਤੋਂ ਵੱਧ ਲਿਜਾਇਆ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਤਾਂ ਜੋ ਸਾਡਾ ਜਿਹੜਾ ਪੰਜਾਬ ਆ ਉਹ ਖੇਡਾਂ ਦੇ ਵਿੱਚ ਦੇਸ਼ ਦੀ ਅਗਵਾਈ ਕਰਨ ਵਾਲਾ ਸੂਬਾ ਬਣੇ। ਕਿਉਂਕਿ ਪਹਿਲੀਆਂ ਸਰਕਾਰਾਂ ਕੋਈ ਯੋਗ ਉਪਰਾਲੇ ਨਹੀਂ ਕੀਤੇ ਜਿਸ ਕਾਰਨ ਨੌਜਵਾਨ ਜਿਹੜੇ ਖੇਡਾਂ ਤੋਂ ਟੁੱਟਦੇ ਗਏ ਅਤੇ ਹੁਣ ਨੌਜਵਾਨ ਨੇ, ਲੱਖਾਂ ਹੀ ਨੌਜਵਾਨ ਨੇ ਜਿਹੜੇ ਖੇਡਾਂ ਵੱਲ ਜਾ ਰਹੇ ਨੇ, ਉਤਸ਼ਾਹਿਤ ਹੋ ਰਹੇ ਨੇ ਅਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਜਿਹੜੀ ਰੁਚੀ ਵੱਧ ਰਹੀ ਆ ਕਿ ਸਾਡੇ ਬੱਚੇ ਖੇਡਾਂ ਦੇ ਵਿੱਚ ਅੱਗੇ ਜਾਣ, ਵੱਡੇ ਵੱਡੇ ਨਾਮ ਮਿਲਣਗੇ ਆਉਣ ਵਾਲੇ ਸਮੇਂ ਦੇ ਵਿੱਚ, ਖੇਡਾਂ ਖੇਡਣਗੇ ਅਤੇ ਨਾਲ ਹੀ ਨੌਕਰੀਆਂ ਵੀ ਮਿਲਣਗੀਆਂ। ਕਿਉਂਕਿ ਪਿੰਡਾਂ ਦੇ ਵਿੱਚ ਜਦੋਂ ਖੇਡ ਗਰਾਊਂਡ ਨਹੀਂ ਹੈਗੇ, ਖੇਡ ਗਰਾਊਂਡ ਬਣਾਏ ਜਾ ਰਹੇ ਨੇ, ਕਿਉਂਕਿ ਜੇ ਖੇਡ ਗਰਾਊਂਡ ਹੋਣਗੇ ਤਾਂ ਸਾਡੇ ਨਵੇਂ ਖਿਡਾਰੀ ਪੈਦਾ ਹੋਣਗੇ। ਇਸ ਕਰਕੇ ਸਭ ਤੋਂ ਪਹਿਲ ਕਦਮੀ ਅਸੀਂ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਉਣ ਨੂੰ ਦੇ ਰਹੇ ਹਾਂ ਅਤੇ ਨਾਲ ਹੀ ਸਾਡੇ ਨਾਭੇ ਦਾ ਜਿਹੜਾ ਸਟੇਡੀਅਮ ਆ, ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹਦੀ ਸਾਰ ਨਹੀਂ ਲਈ ਅਤੇ ਮੈਂ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ 20 ਲੱਖ ਰੁਪਇਆ ਨਾਭੇ ਦੇ ਸਟੇਡੀਅਮ ਨੂੰ ਦੇਣ ਜਾ ਰਿਹਾ ਤਾਂ ਜੋ ਉਹਦਾ ਨਵੀਨੀਕਰਨ ਕੀਤਾ ਜਾਵੇ। ਇਹ ਉਹੀ ਕਾਰਨ ਹੈ ਨਾ, ਮੈਂ ਵੀ ਇੱਥੇ ਕਬੱਡੀ ਕੱਪ ਸਾਡੇ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਕਰਾਇਆ ਜਾਂਦਾ ਅਤੇ ਨਾਲ ਹੀ ਹੋਰ ਵੀ ਸੰਸਥਾਵਾਂ ਵੱਖ ਵੱਖ ਸਮੇਂ 'ਤੇ ਜਿਹੜੀਆਂ ਖੇਡਾਂ ਕਰਵਾਉਂਦੇ, ਹਾਕੀ ਦੇ ਟੂਰਨਾਮੈਂਟ ਹੁੰਦੇ, ਫੁੱਟਬਾਲ ਦੇ ਟੂਰਨਾਮੈਂਟ ਹੁੰਦੇ, ਕਬੱਡੀ ਦੇ ਟੂਰਨਾਮੈਂਟ ਹੁੰਦੇ ਨੇ ਅਤੇ ਹੋਰ ਵੀ ਜਿਹੜੀਆਂ ਕਾਲਜ ਦੀਆਂ ਸਰਕਾਰੀ ਖੇਡਾਂ ਵੀ ਇੱਥੇ ਹੁੰਦੀਆਂ ਨੇ, ਜ਼ੋਨ ਪੱਧਰੀ ਮੁਕਾਬਲੇ ਹੁੰਦੇ ਨੇ ਜੀ। ਅਤੇ ਤਾਂ ਕਰਕੇ
ਇਹ ਮੁੱਖ ਮੰਗ ਸੀ ਸਾਡੇ ਨਾਭੇ ਸ਼ਹਿਰ ਦੇ ਲੋਕਾਂ ਦੀ ਕਿ ਅੱਜ ਤੱਕ ਜਿਹੜਾ ਸਟੇਡੀਅਮ ਦੀ ਕਿਸੇ ਸਾਲ ਲਈ ਜਦੋਂ ਥੋੜ੍ਹਾ ਜਿਹਾ ਮੀਂਹ ਪੈ ਜਾਂਦਾ ਤਾਂ ਨਾਭਾ ਜਿਹੜਾ ਸਟੇਡੀਅਮ ਸੱਪੜ ਦਾ ਰੂਪ ਧਾਰ ਜਾਂਦਾ ਅਤੇ ਕਈ ਵਾਰ ਤਾਂ ਸਾਨੂੰ ਵੀ ਦੋ ਤਿੰਨ ਵਾਰ ਆਪਣਾ ਕਬੱਡੀ ਕੱਪ ਕੈਂਸਲ ਕਰਨਾ ਪਿਆ, ਹੋਰ ਵੀ ਕਈ ਵਾਰ ਖੇਡ ਮੇਲੇ ਜਿਹੜੇ ਕੈਂਸਲ ਹੋਏ ਨੇ, ਅਤੇ ਤਾਂ ਕਰਕੇ ਇਹ ਇੱਥੋਂ ਦੇ ਲੋਕਾਂ ਦੀ ਮੰਗ ਸੀ, ਜਿਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਟੇਡੀਅਮ ਨੂੰ ਅਸੀਂ ਨਵੀਨੀਕਰਨ ਕਰਕੇ ਵਧੀਆ ਬਣਾਉਣ ਜਾ ਰਹੇ ਹਾਂ ਤਾਂ ਜੋ ਸ਼ਹਿਰ ਵਾਸੀਆਂ ਨੂੰ ਅਤੇ ਪਿੰਡਾਂ ਦੇ ਲੋਕਾਂ ਨੂੰ ਜਿਹੜੀ ਇਹ ਸਹੂਲਤ ਮਿਲ ਸਕੇ। ਇਹ 29 ਅਗਸਤ ਤੋਂ CM ਸਾਹਿਬ ਨੇ ਮਤਲਬ ਓਪਨਿੰਗ ਹੋ ਗਈ ਹੈ ਇਹਦੇ ਬਠਿੰਡਾ 'ਚ, ਅਤੇ 1 ਸਤੰਬਰ ਤੋਂ ਹੁਣ ਇਹ ਜਿਹੜੇ ਬਲੋਕ ਲੈਵਲ ਦੇ ਨੇ ਜੀ ਇਹ 10 ਸਤੰਬਰ ਤੱਕ ਮਤਲਬ ਅਲੱਗ ਅਲੱਗ ਬਲੋਕ ਵਾਈਜ਼ ਚੱਲਣਗੇ। ਜਿਹੜੇ ਨਾਭੇ ਦਾ ਜੀ ਇਹ ਸਰ ਇਹ 1 ਸਤੰਬਰ ਤੋਂ 4 ਸਤੰਬਰ ਤੱਕ ਬਲੋਕ ਲੈਵਲ ਦੇ। ਇਹ ਸਰ ਅਥਲੈਟਿਕਸ ਵਾਲੀਬਾਲ ਹੋ ਗਿਆ ਜੀ, ਫੁੱਟਬਾਲ ਹੋ ਗਈ, ਰੱਸਾ ਕਸੀ ਹੋ ਗਈ, ਕਬੱਡੀ ਹੋ ਗਈ ਜੀ, ਖੋ ਖੋ ਹੋ ਗਈ, ਅਤੇ ਡਿਸਟ੍ਰਿਕਟ ਲੈਵਲ 'ਤੇ ਸਾਰੀਆਂ ਗੇਮਾਂ ਹੋਣਗੀਆਂ। ਕੀ ਫਸਟ ਪ੍ਰਾਈਜ਼ ਰੱਖਿਆ ਗਿਆ ਖੇਡਾਂ ਵਿੱਚ? ਇਹਦੇ ਜੀ ਜਿਹੜਾ ਸਟੇਟ ਲੈਵਲ 'ਚ ਜਾ ਕੇ ਇਹਦਾ ਹੋਊਗਾ ਜੀ, ਇਹਨਾਂ ਦਾ ਫਸਟ ਨੂੰ 10,000 ਹੋਊਗਾ ਜੀ, ਸੈਕਿੰਡ ਨੂੰ 7 ਹੋਊਗਾ, ਅਤੇ ਥਰਡ ਨੂੰ 5,000 ਰੁਪਏ। ਕਿਸ ਤਰ੍ਹਾਂ ਲੱਗ ਰਿਹਾ ਜੋ ਪੰਜਾਬ ਸਰਕਾਰ ਵੱਲੋਂ ਖੇਡਾਂ ਕਰਾਈਆਂ ਜਾ ਰਹੀਆਂ? ਬਹੁਤ ਵਧੀਆ ਲੱਗ ਰਿਹਾ ਜੀ, ਸਾਡੇ ਪਹਿਲੀ ਵਾਰ ਹੋਇਆ ਕਿ ਹਨਾ ਕੋਈ ਸਰਕਾਰ ਵਧੀਆ ਆਈ ਆ, ਉਹਨਾਂ ਨੂੰ ਵਧੀਆ ਕੁਝ ਕਰਾਇਆ ਜੀ, ਸਭ ਕੁਝ ਵਧੀਆ ਜੀ, ਵਧੀਆ ਮੈਚ ਹੋ ਰਹੇ ਨੇ ਜੀ, ਵਧੀਆ ਸਭ ਕੁਝ ਹੋ ਰਿਹਾ ਜੀ, ਵਧੀਆ ਪ੍ਰੋਗਰਾਮ ਹੈ ਜੀ, ਇੱਥੇ ਖੇਡਣ ਨੂੰ ਵੀ ਕਿੰਨਾ ਘੈਂਟ ਹੋ ਰਿਹਾ ਜੀ, ਪਾਣੀ ਪੂਰੀ ਸਾਰੇ ਸਿਰਕਟ ਹੈ, ਜਿਵੇਂ ਬੱਚਿਆਂ ਨੂੰ ਪਿਆਸ ਲੱਗ ਰਿਹਾ, ਟੈਂਕ ਵੀ ਮੰਗਾਏ ਗਏ ਨੇ, ਵਧੀਆ ਘੈਂਟ ਹੋ ਰਿਹਾ ਜੀ। ਮੌਕਾ ਤਾਂ ਮਿਲੇਗਾ ਜੀ, ਸਟੇਟ ਲੈਵਲ 'ਤੇ ਜਾ ਕੇ ਦਿਖਾਵਾਂਗੇ ਜੀ, ਉਹ ਤੋਂ ਅੱਗੇ ਨੈਸ਼ਨਲ ਤੱਕ ਵੀ ਕਹਿ ਕੇ ਦੇਖਾਂਗੇ ਜੀ। ਤੁਸੀਂ ਹੁਣ ਤੱਕ ਕਿੱਥੇ ਕਿਹੜੇ ਲੈਵਲ 'ਤੇ ਖੇਡੇ ਹੋ? ਸਟੇਟ ਲੈਵਲ 'ਤੇ ਖੇਡਿਆ ਜੀ। ਦੇਖਦੇ ਹੋ ਜੋ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ? ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਇੱਥੋਂ ਸਾਨੂੰ ਅੱਗੇ ਵਧਣ ਦਾ ਮੌਕਾ ਮਿਲ ਰਿਹਾ, ਸਾਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲ ਰਿਹਾ, ਇਸ ਕਰਕੇ ਸਕੂਲਾਂ ਨਾਲ ਮੈਚ ਲਾ ਕੇ ਸਾਨੂੰ ਐਕਸਪੀਰੀਅੰਸ ਵਧੀਆ ਹੁੰਦਾ ਸਾਡਾ। ਜਦ ਅੰਡਰ 14 ਅੰਡਰ 19 ਨਾਲ ਮੈਚ ਲਾਉਂਦੇ ਹਾਂ ਉੱਥੇ ਪਤਾ ਲੱਗਦਾ ਵੀ ਕਿੰਨੀ ਸਟਰੈਟਜੀ ਵਗੈਰਾ ਦੂਸਰੀ ਓਪੋਜ਼ਿਟ ਟੀਮ ਦੀ, ਕੌਨਫੀਡੈਂਸ ਵੱਧਦਾ। ਇਹ ਮੌਕਾ ਵਧੀਆ ਅੱਗੇ ਵਧਣ ਦਾ ਤੁਹਾਡੇ ਵਾਸਤੇ? ਹਾਂਜੀ ਹਾਂਜੀ, ਵਧੀਆ ਇੱਕ ਚਾਂਸ ਹੈ, ਜਿਵੇਂ ਸਟੱਡੀ 'ਚ ਨਹੀਂ ਕਰ ਸਕਦੇ ਫਿਰ ਆਪਾਂ ਗੇਮਸ 'ਚ ਕਰ ਸਕਦੇ। ਕੀ ਲੱਗਦਾ ਤਾਂ ਜਿਹੜੇ ਲੜਕੀਆਂ ਨੇ ਉਹ ਕਾਫੀ ਅੱਜ ਵੱਡੇ ਮੁਕਾਮ 'ਤੇ ਨੇ, ਕਿਸ ਤਰ੍ਹਾਂ ਤੁਸੀਂ ਵੀ ਅੱਗੇ ਵਧਣਾ ਚਾਹੁੰਦੇ? ਹਾਂਜੀ ਜ਼ਰੂਰ, ਜਿਵੇਂ ਇਹਨਾਂ ਨੂੰ ਦੇਖ ਕੇ ਹੀ ਸਾਨੂੰ ਮੋਟੀਵੇਸ਼ਨ ਮਿਲਦੀ ਆ, ਇਹਨਾਂ ਨੂੰ ਦੇਖ ਕੇ ਹੀ ਜਿਵੇਂ ਹੁਣ ਜਿੱਤ ਜਿੱਤ ਕੇ ਐਵੇਂ ਹੀ ਅੱਗੇ ਸਰਕਾਰ ਵੱਲੋਂ ਹੋਰ ਐਵੇਂ ਦੇ ਮੌਕੇ ਮਿਲਣਗੇ, ਉਹਨਾਂ ਵਿੱਚ ਵੀ ਪੂਰਾ ਵਧੀਆ ਕੋਸ਼ਿਸ਼ ਕਰਕੇ ਹੋਰ ਅੱਗੇ ਹੋਏ ਦੇਸ਼ ਦਾ ਨਾਮ ਵਧੀਆ ਰੋਸ਼ਨ ਕਰਾਂਗੇ।